ਬਰਗਾੜੀ ਇਨਸਾਫ ਮੋਰਚੇ ਲਈ ਪਾਥਨਾ ਤੋਂ ਜਿੱਤਦਾ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਰਵਾਨਾ ਹੋਇਆ। ਪਹਿਲਾਂ ਪਾਤਣਾ ਵਿਖੇ ਇੱਕ ਵੱਡਾ ਇਕੱਠ ਕੀਤਾ ਗਿਆ, ਉਸ ਤੋਂ ਬਾਅਦ ਇਹ ਜੱਥਾ ਰਵਾਨਾ ਹੋਇਆ। ਇਕੱਠ ਦੌਰਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਬਰਗਾੜੀ ਵਿਖੇ ਇਕੱਲੇ ਪੰਜਾਬ ਤੋਂ ਹੀ ਨਹੀਂ ਸਗੋਂ ਹੋਰ ਸੂਬਿਆਂ ਤੋਂ ਵੀ ਸੰਗਤਾਂ ਆ ਰਹੀਆਂ ਹਨ, ਜਿੱਥੇ ਪਾਠ ਦੇ ਭੋਗ ਰੱਖੇ ਗਏ ਸਨ, ਜਿਸ ਦਾ ਅੱਜ ਭੋਗ ਪਾਏ ਜਾਣਾ ਹੈ। ਪਾਤਣਾ ਤੋਂ ਅਜੇ ਦਿਉਲ ਦੀ, ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਸਾਰੀਆਂ ਸੰਗਤਾਂ, ਸਰਦਾਰ ਸਿਮਰਜੀਤ ਸਿੰਘ ਮਾਨ ਵੀ ਇਸ ਵਿੱਚ ਸਪੈਸ਼ਲ ਤੌਰ 'ਤੇ ਪਹੁੰਚ ਰਹੇ ਹਨ। ਸੋ ਹੋਰ ਸੰਗਤਾਂ ਵੀ ਸਾਰੇ ਇਲਾਕੇ ਸੂਬਿਆਂ 'ਚੋਂ, ਦੂਜੇ ਸੂਬਿਆਂ 'ਚੋਂ ਬਾਹਰ ਦੇ ਵਿੱਚ ਪਹੁੰਚ ਰਹੀਆਂ ਹਨ। ਸੋ ਇਹ ਜਿਹੜਾ ਅੱਜ ਇੱਕ ਪ੍ਰੋਗਰਾਮ ਜਿਹਾ, ਜਿਵੇਂ ਸਰਕਾਰ ਦੇ ਮੰਤਰੀ ਆ ਰਹੇ ਹਨ, ਉਹਨਾਂ ਨੇ ਉੱਥੇ ਆ ਕੇ ਐਲਾਨ ਕਰਨਾ ਹੈ। ਜੇ ਤਾਂ ਸੰਗਤਾਂ ਨੂੰ ਪ੍ਰਵਾਨ ਹੋ ਗਿਆ, ਸਾਰੀਆਂ ਮੰਗਤਾਂ ਉਹਨੇ ਸਹੀ ਤਰੀਕੇ ਨਾਲ ਕਹੀਆਂ, ਸਾਰੀਆਂ ਉਹਨਾਂ ਦੀ ਸੱਲੀ ਦਵਾਈ, ਤਾਂ ਸੰਗਤਾਂ ਮੋਰਚਾ ਫਤਿਹ ਕਰਨਗੀਆਂ। ਜੇ ਨਾ ਕੋਈ ਉਹਨਾਂ ਨੇ ਤੇ ਆਸ ਹੋਈ, ਜਿਵੇਂ ਇਕੱਲੇ ਲਾਰੇ ਹੀ ਹੋਏ, ਤਾਂ ਉਹ ਬਿਲਕੁਲ ਸੰਗਤਾਂ ਉਸੇ ਤਰ੍ਹਾਂ ਹੀ ਮੋਰਚਾ ਇਹ ਲਗਾਤਾਰ ਚੱਲਦਾ ਰਹੇਗਾ ਜਿੰਨਾ ਚਿਰ ਇਹ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਜੋ ਕਿ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 3.5 ਸਾਲ ਪਹਿਲਾਂ ਬੇਅਦਬੀ ਹੋਈ, ਉਹਦੇ ਅੰਗ ਅੰਗ ਉੱਥੇ ਖਿਲਾਰੇ ਗਏ ਅਤੇ ਬਹਿਬਲ ਕਾਂਡ ਦੇ ਵਿੱਚ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ, ਅਤੇ ਜਿਹੜੇ ਬਹੁਤ ਸਮਾਂ ਵੱਧ ਜੇਲ੍ਹਾਂ ਕੱਟ ਚੁੱਕੇ ਹਨ ਸਿੱਖ ਕੈਦੀ, ਉਹਨਾਂ ਨੂੰ ਰਿਹਾਨ ਕਰਾਉਣ ਵਾਸਤੇ ਇਹ ਮਤਲਬ ਸਾਰਾ ਪ੍ਰੋਗਰਾਮ ਹੈ। ਅਤੇ ਜੇ ਉਹ ਸਾਰੀਆਂ ਸ਼ਰਤਾਂ ਨਾ ਮੰਨੀਆਂ ਗਈਆਂ, ਫਿਰ ਇਹ ਲਗਾਤਾਰ ਬਰਗਾੜੀ ਮੋਰਚਾ ਅੱਗੇ ਚੱਲਦਾ ਰਹੇਗਾ, ਔਰ ਜਿੰਨਾ ਚਿਰ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਚਿਰ ਇਹ ਸਦਾ ਵਾਸਤੇ ਚੱਲਦਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ। ਸਾਹਿਬ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਬਹਿਬਲ ਕਾਂਡ ਹੋਇਆ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਇਹ ਲੰਬੇ ਸਮੇਂ ਤੋਂ ਸਾਡਾ ਸੰਘਰਸ਼ ਚੱਲ ਰਿਹਾ ਜੀ, ਅੱਜ ਅਚਾਨਕ ਭੋਗ ਪਾ ਕੇ ਇਹਨੂੰ ਖਤਮ ਕਰਦਾ ਜੀ, ਮੁੱਖ ਕਾਰਨ ਕੀ ਹੈ ਜੀ? ਨਹੀਂ ਨਹੀਂ, ਇਹ ਗੱਲ ਨਹੀਂ, ਇਹ ਸਾਰੀ ਗੱਲ ਸਰਕਾਰ ਨੇ ਖੁਦ ਆ ਕੇ ਮੰਨੀ ਹੈ ਕਿ ਅਸੀਂ ਇੱਥੇ ਐਲਾਨ ਕਰਾਂਗੇ, ਇਕੱਲੇ ਐਲਾਨ ਤੋਂ ਨਹੀਂ ਅਸੀਂ ਵਿਸ਼ਵਾਸ ਕਰਾਂਗੇ, ਜਿੰਨਾ ਚਿਰ ਉਹ ਬੰਦੇ ਰਿਹਾ ਨਹੀਂ ਕੀਤੇ ਜਾਂਦੇ ਜਿਹੜੇ ਬਹਿਬਲ ਕਾਂਡ ਦੇ ਦੋਸ਼ੀ ਨੇ, ਉਹ ਜਿੰਨਾ ਚਿਰ ਸਾਰੇ ਗ੍ਰਿਫਤਾਰ ਕੇ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਅਤੇ ਜਿਹੜੇ ਆਪਣੇ ਬਹਿਬਲ ਕਾਂਡ ਦੇ ਦੋਸ਼ੀ ਨੇ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਕੋਈ ਵੀ ਭਾਵੇਂ ਅਫਸਰ ਹੈ ਉਹਦੇ 'ਚ ਪੁਲਿਸ ਦਾ ਜੋ ਵੀ ਹੈ, ਜਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਦੇ ਮੁਕੱਦਮੇ ਨਹੀਂ ਚਲਾਏ ਗਏ, ਉਹਨਾਂ 'ਚ ਇਹ ਲਗਾਤਾਰ ਅੱਗੇ ਵੀ ਬਰਗਾੜੀ ਮੋਰਚਾ ਚੱਲਦਾ ਰਹੇਗਾ। ਇਹ ਸਰਕਾਰ ਦੇ ਕਿਸ ਨੁਮਾਇੰਦੇ ਨੇ ਤੁਹਾਨੂੰ ਭਰੋਸਾ ਦਿੱਤਾ ਜੀ? ਇਹ ਸਰਕਾਰ ਦੇ ਮੁੱਖ ਮੰਤਰੀ ਨੇ, ਉਹਨਾਂ ਨੁਮਾਇੰਦਿਆਂ ਦਾ ਤਾਂ ਨਹੀਂ ਸਾਨੂੰ ਪਤਾ, ਉਹਦਾ ਸਿੱਧੇ ਤੌਰ 'ਤੇ ਧਿਆਨ ਸਿੰਘ ਮੰਡ ਹੈ, ਉਹਨਾਂ ਦੇ ਅਗਵਾਈ 'ਚ ਸਾਰਾ ਇਹ ਚੱਲ ਰਿਹਾ, ਉਹਨਾਂ ਦੇ ਰਾਹੀਂ ਜੋ ਕੁਛ ਹੋ ਰਿਹਾ, ਕਿਉਂਕਿ ਉੱਥੇ ਅੱਜ ਜਿਹੜੇ ਮੰਤਰੀ ਐਲਾਨ ਕਰਨਗੇ, ਉੱਥੇ ਹੀ ਜਾ ਕੇ ਪਤਾ ਲੱਗੇਗਾ ਕਿ ਕੀ ਕੁਛ ਉਹ ਐਲਾਨ ਕਰਦੇ ਨੇ। ਜੇ ਸਾਨੂੰ ਸੰਗਤਾਂ ਨੂੰ ਸਾਰਿਆਂ ਨੂੰ ਇਹ ਗੱਲ ਤੈਅ ਹੋ ਚੁੱਕੀ ਹੈ, ਮੀਟਿੰਗਾਂ ਹੋ ਗਈਆਂ, ਜੇ ਬਿਲਕੁਲ ਉਹਨਾਂ ਨੇ ਪੂਰਾ ਐਲਾਨ ਵੀ ਕੀਤਾ ਅਤੇ ਉਹਦੀ ਪ੍ਰਵਾਨਗੀ ਵੀ ਦਿੱਤੀ, ਉਹਦੇ ਜੇ ਜਿਵੇਂ ਹੁਣ ਬਾਦਲ ਕੇ ਦੋਵੇਂ ਪਿਓ ਪੁੱਤਰ ਦੋਸ਼ੀ ਨੇ, ਉਹ ਵੀ ਜਿੰਨਾ ਚਿਰ ਗ੍ਰਿਫਤਾਰ ਨਾ ਕੀਤੇ, ਇਹ ਮੋਰਚਾ ਲਗਾਤਾਰ ਉਹਨਾਂ ਚਿਰ ਚੱਲਦਾ ਰਹਿਣਾ। ਇਹ ਭੁੱਲਰ ਸਾਹਿਬ ਇੱਕ ਗੱਲ ਦਾ ਹੋਰ ਜਵਾਬ ਦਿਓ ਜੀ, ਕਿ ਇਹਦੇ ਪਿੱਛੇ ਕੋਈ ਸਿਆਸੀ ਦਬਾਅ ਤਾਂ ਨਹੀਂ ਕੰਮ ਕਰ ਰਹੇ ਜੀ? ਨਹੀਂ, ਜਿਹੜੇ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਸਾਹਿਬ ਅਤੇ ਜਿਹੜੇ ਸਾਡੇ ਜਥੇਦਾਰ ਨੇ ਅਜਨਾਲਾ ਸਾਹਿਬ, ਉਹ ਬਿਲਕੁਲ ਨਾ ਤਾਂ ਕਿਸੇ ਦਬਦੇ ਆ, ਨਾ ਕਿਸੇ ਤੋਂ ਝੁਕਦੇ ਆ, ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ, ਕਿਉਂਕਿ ਇਹ ਜਿਹੜੇ ਮੋਰਚੇ ਜਾਂ ਸ਼ਾਂਤਮਈ ਤਰੀਕੇ ਨਾਲ ਲੱਗਦੇ ਹੁੰਦੇ ਆ, ਜੇ ਉਸ ਗੱਲ ਦੀਆਂ ਮੰਗਾਂ ਪੂਰੀਆਂ ਹੋ ਜਾਣ ਤਾਂ ਉਹ ਮਤਲਬ ਉਹਦਾ ਹੱਲ ਵੀ ਹੋ ਜਾਂਦਾ ਹੈ, ਅਤੇ ਫਿਰ ਤਾਂ ਬਿਠਾਇਆ ਮਤਲਬ ਉਹਨੂੰ
ਅੱਗੇ ਨਹੀਂ ਬੰਦ ਕੀਤਾ ਜਾ ਸਕਦਾ। ਨਹੀਂ ਤਾਂ ਜੇ ਨਾ ਸਿਰੇ ਬੁਲਾਰੇ ਹੋਈ ਜਾਂ ਨੇਰੇ ਬਿਆਨਬਾਜ਼ੀਆਂ ਹੋਈਆਂ ਜਾਂ ਕੋਈ ਹੋਰ ਗਈਆਂ ਤਾਂ ਫਿਰ ਇਹ ਬਿਲਕੁਲ ਉਸੇ ਤਰ੍ਹਾਂ ਲਗਾਤਾਰ ਬਰਗਾੜੀ ਮੋਰਚਾ ਚੱਲਦਾ ਰਹੇਗਾ। ਕੱਲ੍ਹ ਦੇ ਅਖਬਾਰਾਂ ਦੇ ਵਿੱਚ ਜੋ ਡਿਟੇਲ ਆਇਆ ਉਹਨਾਂ ਨੇ ਬਿਲਕੁਲ ਕਿਹਾ ਵੀ ਅਸੀਂ ਨਾ ਝੁਕਦੇ ਹਾਂ ਨਾ ਪਿੱਛੇ ਹਟਦੇ ਹਾਂ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਜਿਹੜੇ ਤੁਹਾਡੇ ਉੱਥੇ ਬਰਗਾੜੀ ਕਾਂਡ ਵਿਖੇ ਧਰਨ ਲਾ ਕੇ ਬੈਠੇ ਰਹੇ ਮੰਡਲ ਸਾਹਿਬ ਜਾਂ ਹੋਰ